ਦਿਲਿਓ ਕਿਆ ਬਾਤ ਹੈ, ਕਿਆ ਬਾਤ ਹੈ, ਸ਼ੌਕ ਕਰੇ ਬੰਦਾ ਨਵਾਂ ਪਾਉਣ ਵਾਲਾ। ਮਜ਼ਾ ਆ ਗਿਆ ਜੀ। ਸੋਹਣਾ ਵੀਰ ਮੋਹਤਰਮ ਚੌਧਰੀ ਫਜ਼ਲ ਅਹਿਮਦ ਬਾਜਵਾ ਸਾਹਿਬ ਚੀਚਾ ਵਤਨੀ, ਕਿਆ ਬਾਤ ਹੈ ਜੀ, ਉਹਨਾਂ ਦਾ ਸ਼ੌਕ ਸ਼ਿਕਾਰ। ਬਹੁਤ ਅੱਛੇ ਕੈਨਲ, ਬਹੁਤ ਅੱਛੇ ਕੁਆਟਰ, ਛੋਟੇ ਕਮਰੇ ਡੌਗੀਆਂ ਦੇ। ਇਹ ਅਗਲਾ ਸੇਨ ਹੋ ਗਿਆ ਜੀ, ਉਹ ਪਿੱਛੇ ਕਮਰਾ ਹੋ ਗਿਆ ਜੀ। ਬਾਰਿਸ਼ ਹੋਵੇ ਤਾਂ ਉੱਥੇ, ਸਰਦੀ ਹੋਵੇ ਤਾਂ ਉੱਥੇ ਚਲਾ ਜਾ ਜਾਨਵਰ। ਬਹੁਤ ਵਧੀਆ ਜੀ, ਬਹੁਤ ਵਧੀਆ ਜੀ, ਮਜ਼ਾ ਆ ਗਿਆ ਜੀ। ਗੁੱਡ ਸ਼ੌਕ, ਨਾ ਗਰਮੀ ਦਾ ਰੌਲਾ, ਨਾ ਸਰਦੀ ਦਾ ਰੌਲਾ, ਨਾ ਧੁੱਪ ਦਾ, ਨਾ ਛਾਂ ਦਾ। ਦੇਖੋ ਨਾ, ਪੱਕਾ ਪਿੰਜਰਾ ਕੁੰਡੀ, ਕੋਈ ਬੇਤਿਆਤੀ ਹੈ ਹੀ ਨਹੀਂ। ਬਹੁਤ ਅੱਛਾ ਡੋਗ, ਬਹੁਤ ਅੱਛਾ ਜਾਨਵਰ, ਕੁਆਟਰ ਨੰਬਰ 1। ਇਹ ਬੇਲੀਓ ਕੁਆਟਰ ਨੰਬਰ 2। ਬਹੁਤ ਅੱਛਾ ਸ਼ੌਕ, ਕਿਆ ਇਸੇ ਤਰ੍ਹਾਂ ਹੀ। ਉਹ ਪਿੱਛੇ ਕਮਰਾ ਜੀ, ਉਹਦਾ ਵੀ ਪੱਕਾ ਦਰਵਾਜ਼ਾ। ਸਰਦੀ ਗਰਮੀ ਇਹ ਵੀ ਜਗ੍ਹਾ ਪੱਕੀ, ਮਿੱਟੀ ਨਹੀਂ, ਇਹ ਥੱਲੇ ਕਲਰ ਵਾਲੀ ਮਿੱਟੀ ਜੀ। ਖਾਰਸ਼ ਹੋ ਗਈ ਜੀ, ਡਰਾਮੇ ਨਾ, ਸਾਫ਼ ਸੁਥਰਾ ਬਰਤਨ ਹੈ। ਦੇਖੋ ਨਾ ਸਾਹਮਣੇ ਪਿਆ, ਪਾਣੀ ਭਰਿਆ ਆ, ਫਰਸ਼ ਧੁਲਿਆ ਆ। ਕੋਈ ਜਾਨਵਰ ਮਿੱਟੀ 'ਚ ਨਹੀਂ ਰੁਲਦੇ। ਬਿਹਤਰੀਨ, ਇਹ ਕੁਆਟਰ ਨੰਬਰ 2 ਜੀ, ਬਹੁਤ ਵਧੀਆ ਜੀ। ਪਹਿਲੀ ਉਹ ਕੁਆਟਰ ਨੰਬਰ 3, ਸੇਮ ਸ਼ੌਕ ਦੀ ਚਸ, ਸਵਾਦ ਬਿਹਤਰੀਨ, ਮਜ਼ਾ ਆ ਗਿਆ ਜੀ। ਪੱਕੇ ਬੰਦੋਬਸਤ। ਦੇਖੋ ਨਾ, ਇਹ ਉੱਤੇ ਚਿਕ ਲੱਗੀ ਹੈ, ਚਿਖ ਕਿ ਤੁਸੀਂ ਅਗਰ ਇਹਨਾਂ ਨੂੰ ਪੈਕ ਕਰਨਾ ਮੁਕੰਮਲ, ਤਾਂ ਕਿ ਚਿਕ ਸੁੱਟ ਦਿਓ, ਤਾਂ ਕਿ ਬਾਹਰੋਂ ਆ ਕੇ ਨਾ ਕੋਈ ਪਿੰਜਰੇ ਨੂੰ ਵੱਜੇ, ਨਾ ਕੋਈ ਗੱਲ ਨਾ ਬਾਤ। ਸਰ ਕੁਆਟਰ ਨੰਬਰ 4, ਬਹੁਤ ਵਧੀਆ ਜੀ, ਬਹੁਤ ਵਧੀਆ, ਕਿਆ ਬਾਤ, ਬਹੁਤ ਅੱਛਾ ਸ਼ੌਕ, ਬਹੁਤ ਅੱਛੀ ਸਾਹਿਬ, ਮਜ਼ੇਦਾਰ, ਬਹੁਤ ਅੱਛਾ ਪੱਠਾ ਨਾਲ ਬੜਾ ਜਾਨਵਰ ਜੀ। ਜੀਓ ਚੇਅਰਮੈਨ ਪਾਕ ਜਨੂਨ ਗਰੁੱਪ, ਜੀਓ ਜੱਟ, ਜੱਟਾਂ ਦੇ ਸ਼ੌਕ ਦੇ ਪਾਕਿਸਤਾਨ 'ਚ ਰੌਲੇ। ਚੇਅਰਮੈਨ ਪਾਕ ਜਨੂਨ ਗਰੁੱਪ, ਕੋਈ ਪੁੱਛੇ ਤੋ ਬਤਾਣਾ, ਜਨੂਨ ਵਾਲੇ ਆਏ ਥੇ। ਬਹੁਤ ਵਧੀਆ ਜੀ, ਕੁਆਟਰ ਨੰਬਰ 4। ਬੇਲੀਓ ਇਹ ਕੁਆਟਰ ਨੰਬਰ 5, ਜਾਨਵਰ ਬਾਹਰ ਕੱਢਿਆ ਹੋਇਆ ਜੀ, ਸੇਮ, ਬਹੁਤ ਅੱਛਾ ਬੰਦੋਬਸਤ। ਸ਼ੌਕ ਕਰੋ, ਦਿਲ ਨਾ ਕਰੋ, ਕੋਈ ਮਿੱਟੀ ਨਹੀਂ, ਕੋਈ ਕਲਰ ਨਹੀਂ ਕਿ ਹੁਣ ਖਾਰਿਸ਼ ਪੈ ਗਈ ਜੀ, ਵਿੱਚੇ ਹੀ ਗੰਦ ਵੱਜਿਆ ਹੋਵੇ, ਨਹੀਂ ਜੀ। ਉਹ ਚੌਧਰੀ ਫਜ਼ਲ ਅਹਿਮਦ ਜੱਟ ਸਾਹਿਬ, ਇਹ ਸ਼ੌਕ ਸ਼ਿਕਾਰ ਦਾ ਬੰਦੋਬਸਤ ਸੀ, ਮਜ਼ਾ ਆ ਗਿਆ ਜੀ। ਕਿਆ ਬਾਤ ਹੈ ਜੀ, ਜਾਨਵਰ ਬਹੁਤ ਵਧੀਆ, ਬੜੇ ਬੜੇ, ਬੜੀਆਂ ਬਾਡੀਆਂ, ਬੜੀਆਂ ਸਾਂਭਾਂ, ਕਿਆ ਬਾਤ, ਕਿਆ ਬਾਤ, ਕਿਆ ਬਾਤ, ਚਸ, ਕਿਆ ਬਾਤ। ਕਿਆ ਬਾਤ ਹੈ ਬੇਲੀਓ,
ਸ਼ੌਕ ਬੇਲੀਓ ਮੇਰੇ ਨਾਲ ਰਹਿਣਾ। ਅੱਜ ਬਹੁਤ ਬੜੇ ਡੇਰੇ 'ਤੇ ਹਾਂ, ਅੱਜ ਮੈਂ ਜੱਟਾਂ ਦੇ ਡੇਰੇ 'ਤੇ ਹਾਂ ਬੇਲੀਓ। ਕਿਆ ਬਾਤ ਹੈ, ਸਾਰੇ ਬੇਲੀ ਬਹੁਤ ਪਿਆਰੇ ਪਿਆਰੇ ਮੇਰੇ ਵੀਰ, ਬੜੇ ਅੱਛੇ ਅੱਛੇ ਸ਼ੌਕ ਕਰਦੇ ਹੈ। ਕਿਆ ਬਾਤ ਹੈ, ਜੀਓ ਚੌਧਰੀ ਫਜ਼ਲ ਅਹਿਮਦ ਬਾਜਵਾ, ਚੌਧਰੀ ਅਨਵਰ ਗੁੰਦਲ, ਜੀਓ ਸਦਰ ਪਾਕ ਜਨੂਨ ਗਰੁੱਪ, ਚੌਧਰੀ ਮੋਹਸਨ ਅਬਾਸ ਭੱਟੀ। ਕਿਆ ਬਾਤ, ਜੀਓ ਮਲਕ ਇਤਸ਼ਾਮ ਖੋਖਰ, ਰਾਜਾ ਵਸੀਮ, ਜੀਓ ਬੋਦਲਾ ਬਰਾਦਰਾਨ, ਜੀਓ ਚੌਧਰੀ ਜਵੇਦ ਗੁੰਦਲ। ਪਾਕ ਜਨੂਨ ਇੱਕ ਬ੍ਰਾਂਡ, ਉਹਨਾਂ ਦਾ ਸ਼ੌਕ ਵੀ। ਕਿਆ ਬਾਤ ਹੈ ਜੀ, ਕਿਆ ਬਾਤ ਹੈ ਜੀ, ਕਿਆ ਬਾਤ, ਗੁੱਡ ਬੇਲੀਓ। ਮਿਹਨਤ ਬੇਲੀਓ, ਖਰਚੇ ਚੱਸ ਐਵੇਂ ਨਹੀਂ ਆਉਂਦੀ, ਪੂਰੇ ਪੂਰੇ ਜ਼ੋਰ ਲੱਗ ਜਾਂਦੇ ਆ। ਵਾਹ ਜੀ ਵਾਹ। ਜਨਾਬੇ ਅਲੀ, ਚੌਧਰੀ ਫਜ਼ਲ ਬਾਜਵਾ ਸਾਹਿਬ, ਚੌਧਰੀ ਅਨਵਰ ਗੁੰਦਲ ਸਾਹਿਬ, ਪਿਆਰਾ ਭਾਈ ਇਬਰਾਹੀਮ ਬਾਜਵਾ ਸਾਹਿਬ, ਔਰ ਬੇਲੀ ਸਫਦਰ ਭਾਈ, ਮਾਸ਼ਾਅੱਲਾ। ਕਿਆ ਬਾਤ ਹੈ ਜੀ, ਕਿਆ ਬਾਤ ਹੈ ਜੀ। ਅੱਜ ਮੈਂ ਜੀਚਾ ਵਤਨੀ ਜੱਟਾਂ ਦੇ ਡੇਰੇ 'ਤੇ ਫਜ਼ਲ ਅਹਿਮਦ ਬਾਜਵਾ ਸਾਹਿਬ, ਚੇਅਰਮੈਨ ਪਾਕ ਜਨੂਨ ਗਰੁੱਪ। ਅਸਲਾਮ ਵਾਲੇਕਮ ਜੀ। ਵਾਲੇਕੁਮ ਸਲਾਮ ਸਰ, ਕੈਸੇ ਆਪ? ਸ਼ੁਕਰ ਅਲਹਮਦੁਲਿਲਾ, ਸ਼ੁਕਰ ਅੱਲਾਹ ਪਾਕ ਦੀ ਜ਼ਾਤ ਦਾ, ਤੁਸੀਂ ਸੁਣਾਓ? ਸਰ ਮੈਂ ਬਿਲਕੁਲ ਠੀਕ। ਅਨਵਰ ਭਾਈ ਕੈਸੇ ਆਪ? ਸ਼ੁਕਰ ਅਲਹਮਦੁਲਿਲਾ। ਫਜ਼ਲ ਅਹਿਮਦ ਬਾਜਵਾ ਸਾਹਿਬ, ਤੁਹਾਡਾ ਸ਼ੌਕ ਸ਼ਿਕਾਰ, ਮਜ਼ਾ ਆ ਗਿਆ ਜੀ। ਕਿਆ ਬਾਤ ਹੈ ਸਰ, ਇਹ ਕਿਹੜਾ ਜਾਨਵਰ ਜੀ? ਇਹਦਾ ਨਾਮ ਜੀ ਮਠਮੱਲਾ, ਇਹਦਾ ਨਾਮ ਹੈ ਮੈਂਟਲ, ਕੁੱਤੇ ਦਾ ਨਾਮ ਮੈਂਟਲ। ਮੈਂਟਲ ਹਾਂਜੀ, ਅਤੇ ਇਹ ਮਸ਼ਹੂਰ ਰਿਹਾ ਜ਼ਿਲ੍ਹੇ ਚਨਿਓੜ ਦੇ ਵਿੱਚ ਮਠਮੱਲਾ ਵਾਲਾ। ਅੱਛਾ ਜੀ, ਹਾਂਜੀ। ਇਹ ਮਠਮੱਲਾ ਵਾਲੇ ਦਾ ਬੱਚਾ? ਨਹੀਂ, ਆਪ ਮਠਮੱਲਾ ਵਾਲਾ। ਇਹ ਆਪ ਮਠਮੱਲਾ ਵਾਲਾ? ਹਾਂਜੀ, ਤੁਹਾਡੇ ਕੋਲ ਆ ਗਿਆ ਜੀ। ਹਾਂਜੀ, ਕਿਆ ਬਾਤ ਸਰ, ਇਹਦੀ ਹਾਈਟ 31.5? ਹਾਂਜੀ, 31.5 32 ਇੰਚ ਲਾ ਸਕਦੇ, 31.5 ਪੱਕਾ। 31.5? ਹਾਂਜੀ ਸਰ। ਬੜੇ ਬੜੇ ਪਰਫੈਕਟ ਅੰਗ ਪੈਰ ਜੀ। ਅੱਛਾ ਸ਼ੌਕ ਸ਼ਿਕਾਰ ਜੀ, ਕਿਆ ਬਾਤ ਹੈ, ਅੱਛੀ ਕੋਸ਼ਿਸ਼। ਬਾਈ ਇਹਦੀ ਉਮਰ ਕਿਤਨੀ ਜੀ? 4.5 ਸਾਲ ਜੀ। 4.5 ਸਾਲ? ਬਿਲਕੁਲ ਜੀ। ਸਰ ਕੋਈ ਤੁਹਾਡੇ ਕੋਲ ਆ ਕੇ ਵੀ ਮੈਚ ਲੜਿਆ? ਨਹੀਂ ਜੀ, ਮੇਰੇ ਕੋਲ ਕੋਈ ਮੈਚ ਨਹੀਂ ਲੜਿਆ। ਇਹ ਲੜਦਾ ਉਂਝ ਮੈਚ ਜਨੂਨ ਗਰੁੱਪ ਵੱਲੋਂ ਹੀ ਰਿਹਾ। ਅੱਛਾ ਜੀ, ਅਤੇ 4 ਮੈਚ ਲੜੇ ਆ। ਅੱਛਾ ਜੀ, ਅਤੇ ਸਾਡੇ ਕੋਲ ਇਹਨੇ ਲਿਆ ਤਾਂ ਇਸੇ ਨੀਅਤ ਨਾਲ ਸੀ, ਲੇਕਿਨ ਕੁੱਤੇ ਦੇ ਨਾਲ ਥੋੜ੍ਹੇ ਜਿੰਨਾ ਹੱਥ ਹੋ ਗਿਆ, ਕੁੱਤਾ ਥੋੜ੍ਹਾ ਇੰਨਾ ਬਿਮਾਰ ਹੋ ਗਿਆ ਜੀ। ਜੀ, ਅਨਫਿਟ ਹੋ ਗਿਆ? ਅਨਫਿਟ ਹੋ ਗਿਆ, ਤਾਂ ਢੇਰ ਸਾਰਾ ਹੋ ਗਿਆ। ਬੜਾ ਸਾਰਾ ਹੋ ਗਿਆ, ਤਾਂ ਹੁਣ ਸ਼ੁਕਰ ਅਲਹਮਦੁਲਿਲਾ ਠੀਕ ਹੈ। ਸਰ ਇਹਦਾ ਤੁਹਾਡਾ ਕੀ ਪ੍ਰੋਗਰਾਮ ਜੀ, ਕਿਹੜੇ ਮੈਚ 'ਤੇ ਲੜਾਉਣਾ ਜੀ, ਹੁਣ ਤਾਂ ਸੀਜ਼ਨ ਚਲਾ ਗਿਆ? ਹਾਂਜੀ, ਇਹ ਜੀ ਇਨਸ਼ਾਅੱਲਾ ਤਾਲਾ 31 ਤਰੀਕ ਨੂੰ, ਪਿਛਲੇ ਸਾਲ ਸਾਡਾ ਇਸੇ ਸਾਲ, ਪਿਛਲੇ ਸਾਲ ਕਹਿ ਸਕਦੇ ਹੋ ਜੀ? ਜੀ, ਪਿਛਲੇ ਸਾਲ 23 'ਚ ਮੈਚ ਹੋਇਆ ਖੋਖਰਾਂ ਦੇ ਨਾਲ ਜੀ, ਮਤਲਬ ਯਾਦ ਖੋਖਰ ਭਾਈ। ਬਿਲਕੁਲ ਬਿਲਕੁਲ ਜੀ, ਤੇ ਬੜਾ ਮਜ਼ਾ ਆਇਆ ਉਸ ਮੈਚ ਦਾ, ਪਾਕਿਸਤਾਨ ਵੇਖਿਆ। ਕਿਆ ਬਾਤ, ਤੇ ਮੇਰੇ ਖਿਆਲ 'ਚ ਹਜੇ ਤੱਕ ਪੂਰਾ ਸੀਜ਼ਨ ਅਗਰ ਵੇਖਿਆ ਜਾਏ ਤਾਂ ਅੱਛੇ ਮੈਚ ਹੋਏ ਨੇ, ਲੇਕਿਨ ਉਹਦੇ ਵਰਗਾ ਇੱਕ ਵੀ ਮੈਚ ਅਜੇ ਨਹੀਂ ਹੋਇਆ। ਕਿਆ ਬਾਤ ਜੀ, ਇਸੇ ਤਰ੍ਹਾਂ? ਹਾਂਜੀ, ਮਿਆਰੀ ਕੁੱਤੇ ਲੜੇ ਨੇ ਜੀ। ਜੀ, ਤੇ ਅੱਛਾ ਸ਼ੌਕ ਹੋਇਆ, ਅੱਛਾ ਸ਼ਿਕਾਰ ਹੋਇਆ, ਸਭ ਸਾਰੇ ਦੁਨੀਆ ਨੇ ਵੇਖਿਆ। ਪਾਕ ਇਤਫਾਕ ਗਰੁੱਪ ਬਾ ਮੁਕਾਬਲਾ ਪਾਕ ਜਨੂਨ ਗਰੁੱਪ। ਜਨੂਨ ਗਰੁੱਪ, ਬਿਲਕੁਲ ਜੀ, ਬੜੀਆਂ ਧੁੰਮਾਂ ਸੀ ਇਸ ਮੈਚ ਦੀ। ਬਿਲਕੁਲ ਜੀ, ਬਿਲਕੁਲ, ਕੋਈ ਜੋੜ ਐਵੇਂ ਕਿਵੇਂ ਬਰਾਬਰ ਨਹੀਂ ਫੜਿਆ ਗਿਆ। ਬਿਲਕੁਲ ਜੀ, ਬਿਲਕੁਲ ਜੀ, ਤੋੜੋ ਤੋੜ ਮਨ ਮਰਾਉਣ, ਬਿਲਕੁਲ ਮਜ਼ਾ ਆ ਗਿਆ ਜੀ। ਸਰ ਤੁਹਾਡਾ ਉੱਥੇ ਕੋਈ ਜਾਨਵਰ ਨਹੀਂ ਲੜ ਸਕਿਆ? ਬਸ ਇਹ ਵੀ ਕਿਸਮਤ ਕਹਿ ਸਕਦੇ ਹੋ, ਜਾਨਵਰ ਐਸੀ ਵਟਵਾਂ ਵਾਲਾ ਭਾਲੂ, ਉਹ ਪਰਚੇਜ਼ ਕੀਤਾ ਸੀ। ਅੱਛਾ, ਉਸੇ ਮੈਚ ਵਾਸਤੇ ਜੀ? ਜੀ, ਇਹ ਵੀ ਪਰਚੇਜ਼ ਕੀਤਾ ਸੀ ਉਸੇ ਮੈਚ ਵਾਸਤੇ।
ਅੱਛਾ ਜੀ, ਉਹ ਮੈਚ ਤੋਂ ਕੋਈ 12-13 ਦਿਨ ਪਹਿਲਾਂ ਮਰ ਗਿਆ, 14 ਦਿਨ ਮੇਰੇ ਖਿਆਲ 'ਚ। ਹਾਏ ਹਾਏ। ਅਤੇ ਉਹ ਤਿਆਰੀ 'ਚ ਲੱਗਾ ਹੀ ਉਹ ਐਕਸਪਾਇਰ ਹੋ ਗਿਆ ਜਾਨਵਰ। ਅਤੇ ਸਰ ਉਹ ਜੱਟਾਂ ਵਾਲਾ ਹੀ ਸੀ ਨਾ, ਬਾਲੂ, ਬਾਲੂ ਬਟੂਆਂ ਵਾਲਾ। ਹਾਂਜੀ, ਬਟੂਆਂ ਵਾਲਾ, ਜਿਹੜਾ ਬਿੱਲੂ ਪੱਟੀਆਂ ਵਾਲੇ ਨਾਲ ਲੜਿਆ ਪਿਛਲੇ ਤੋਂ ਪਿਛਲੇ ਸਾਲ ਮੇਲਾ ਮੱਟੂ ਤਾਰਕਾਬਾਦ। ਹਾਂਜੀ, ਮੂਨ ਭਾਈ ਦੀ ਤਰਫੋਂ ਲੜਿਆ ਸੀ ਪਾਕ ਇਤਫਾਕ ਗਰੁੱਪ ਦਾ ਮੁਕਾਬਲਾ, ਬਿੱਲੂ ਭੱਟੀਆਂ ਵਾਲਾ 20 ਮਿੰਟ ਲੜ ਕੇ ਬਰਾਬਰ ਹੋਏ ਸੀ। ਬਿਲਕੁਲ ਜੀ, ਸਰ ਤੁਸੀਂ ਲੈ ਲਿਆ ਸੀ? ਜੀ ਅਸੀਂ ਲੈ ਲਿਆ ਸੀ ਜੀ। ਬਿਲਕੁਲ ਸਰ, ਬਹੁਤ ਅੱਛਾ ਜਾਨਵਰ ਸੀ, ਸ਼ੌਕ 'ਚ ਇੱਦਾਂ ਦੇ ਨੁਕਸਾਨ ਹੋ ਜਾਂਦੇ ਜੀ, ਕਿਸਮਤ ਹੈ ਜੀ। ਹਾਏ ਹਾਏ, ਕੀ ਕਹਿ ਸਕਦੇ ਹਾਂ, ਕਿਆ ਬਾਤ। ਜੋ ਇਹ ਵੀ ਅਨਫਿੱਟ ਹੋ ਗਿਆ, ਇਹ ਅਨਫਿੱਟ ਹੋ ਗਿਆ ਸੀ, ਇਹਨੂੰ ਟਿਕ ਫੀਵਰ ਬਹੁਤ ਜ਼ਬਰਦਸਤ ਹੋ ਗਿਆ ਸੀ ਜੀ। ਅਤੇ ਫਿਰ ਤੁਹਾਨੂੰ ਪਤਾ, ਇੱਕ ਵਾਰੀ ਜੇ ਉਹ ਐਵੇਂ ਜਾਂ ਤਾਂ ਮੈਚ ਕੋਈ ਨਹੀਂ ਸੀ, ਪਾਕਿਸਤਾਨ ਲੈਵਲ ਦਾ ਮੈਚ, ਸ਼ਾਇਦ ਹੀ ਉਸ ਤੋਂ ਵੱਡਾ ਕੋਈ ਮੈਚ ਹੋਵੇ। ਨਹੀਂ ਜੀ, ਬਹੁਤ ਬੜਾ ਮੈਚ। ਅਤੇ ਫਿਰ ਪੂਰਾ ਜਾਨਵਰ ਫਿੱਟ ਹੋਵੇ ਅਤੇ ਲੈ ਕੇ ਜਾਇਆ ਜਾਂਦਾ। ਹਾਂਜੀ, ਅਤੇ ਇਨਸ਼ਾਅੱਲਾ ਤਾਲਾ ਜੀ ਉਹਨਾਂ ਦੇ ਨਾਲ ਉਮੀਦ ਹੈ ਮੈਚ ਫਿਰ ਬਣੇਗਾ। ਸਰ ਸੁਣਿਆ ਕੁਆਨ ਕਰੀਬ ਮੀਟਿੰਗ ਹੋ ਰਹੀ ਪਾਕ ਜਨੂਨ ਬਾ ਮੁਕਾਬਲਾ ਪਾਕ ਇਤਫਾਕ ਗਰੁੱਪ। ਬਿਲਕੁਲ, ਬਹੁਤ ਜਲਦੀ ਮੀਟਿੰਗ ਹੋ ਰਹੀ, ਉਹਦੇ ਵਿੱਚ ਕੋਈ ਡੇਟ ਵੀ ਅਨਾਊਂਸ ਹੋਏਗੀ। ਜੀ ਜੀ, ਡੇਟ ਤਾਂ ਪੱਕੀ ਗੱਲ ਹੈ। ਬਿਲਕੁਲ, ਅਤੇ ਇਨਸ਼ਾਅੱਲਾ ਤਾਲਾ ਇਹ ਜਾਨਵਰ, ਵੇਖੋ ਜੀ, ਹਾਰ ਜਿੱਤ ਮੁਕਦਰਾਂ ਦੀ, ਅੱਲਾ ਕੋ ਜਿਹਨੂੰ ਅੱਲਾ ਇੱਜ਼ਤ ਦੇਵੇ। ਜੀ ਜੀ, ਅਤੇ ਇਨਸ਼ਾਅੱਲਾ ਤਾਲਾ ਇਹ ਸਾਲ ਪਹਿਲਾਂ ਹੀ ਥੱਲੇ ਆ ਜਾਏਗਾ। ਵਾਹ, ਉਸ ਮੈਚ ਦੇ ਵਿੱਚ ਵਾਹ ਜੱਟਾ ਤੇਰੀਆਂ ਬਹਾਦਰੀਆਂ, ਅਤੇ ਅੱਲਾ ਖੈਰ ਕਰੇਗਾ ਜੀ। ਪਾਕ ਇਤਫਾਕ ਗਰੁੱਪ ਦੇ ਮੁਕਾਬਲੇ 'ਚ ਤੁਸੀਂ ਚੇਅਰਮੈਨ ਹੋ ਪਾਕ ਜਨੂਨ ਗਰੁੱਪ ਜੀ, ਤੇ ਬੜਾ ਦਿਲ ਕਰਕੇ ਕੁੱਤਾ ਥੱਲੇ ਦੇ ਰਹੇ ਹੋ, ਸੋਚ ਲਓ ਫਿਰ ਇੱਕ ਵਾਰੀ। ਮੈਂ ਨਾ 10 ਵਾਰੀ ਸੋਚ ਲਿਆ ਜੀ, ਹਾਰ ਜਿੱਤ ਮੁਕਦਰਾਂ ਦੀ, ਜਿਹਨੂੰ ਅੱਲਾ ਇੱਜ਼ਤ ਦੇਵੇ। ਜਾਨਵਰ ਉਹਨਾਂ ਦੇ ਵੀ ਬੜੇ ਚੰਗੇ ਨੇ, ਕਿਆ ਚੰਗੇ ਨਾ ਲੱਗੇਗਾ ਤਾਂ ਮਜ਼ਾ ਆਏਗਾ। ਸਾਲ ਪਹਿਲਾਂ ਥੱਲੇ ਆ ਗਿਆ ਜੀ। ਬੇਲੀਓ ਸੱਜਣੋ, ਮੈਂ ਪੁੱਛਦਾ ਹੁੰਦਾ ਬੇਲੀਆਂ ਨੂੰ, ਸਵਾਲ ਕਰਦਾ ਹੁੰਦਾ ਕਿ ਥੱਲੇ ਜਾਂ ਲੱਭ ਗਏ ਗਰਾਊਂਡ 'ਚ? ਲੇਕਿਨ ਚੇਅਰਮੈਨ ਪਾਕ ਜਨੂਨ ਗਰੁੱਪ ਚੌਧਰੀ ਫਜ਼ਲ ਅਹਿਮਦ ਬਾਜਵਾ ਸਾਹਿਬ ਨੇ ਅੱਜ ਸ਼ੌਕ ਸ਼ਿਕਾਰ 'ਚ ਦਲੇਰੀ ਦੀ ਮਿਸਾਲ ਕਾਇਮ ਕਰ ਦਿੱਤੀ ਹੈ ਕਿ ਬੇਲੀਓ ਮੈਂ ਥੱਲੇ ਦੇ ਕੇ ਲੜਾਉਣਾ ਹੈ। ਅਤੇ ਮੈਨੂੰ ਪਤਾ ਪਾਕ ਇਤਫਾਕ ਗਰੁੱਪ ਇੱਕ ਬ੍ਰਾਂਡ ਹੈ। ਬਿਲਕੁਲ ਜੀ, ਅਤੇ ਨਾਲ ਹਾਰ ਜਿੱਤ ਅੱਲਾ ਕੋ। ਬਿਲਕੁਲ, ਕਿਆ ਬਾਤ ਹੈ, ਕਿਆ ਅੱਲਾ ਇੱਜ਼ਤ ਦੇਵੇ ਜੀ। ਸਰ ਇਹਦੀ ਬਲੱਡ ਲਾਈਨ, ਇਹ ਬਾਬੇ ਇਸਮਾਇਲ ਵਾਲਾ ਕੋਠਾ ਰਜਾਣੇ ਵਾਲੇ ਪਾਕ ਇਤਫਾਕ ਗਰੁੱਪ ਦੇ ਬਾਨੀ। ਹਾਂਜੀ ਜੀ ਜੀ, ਹਾਂਜੀ, ਉਸ ਕੋਠੇ ਦਾ ਡਾਇਰੈਕਟ ਬੱਚਾ ਜੇ। ਕਿਆ ਬਾਤ ਹੈ। ਤੇ ਇਹਦੀ ਮਦਰ ਸਾਈਡ ਜਿਹੜੀ ਉਹ ਚੁਰ ਸਾਹਿਬ ਤੁਹਾਨੂੰ ਬਿਹਤਰ ਦੱਸ ਸਕਦੇ ਨੇ, ਜ਼ਫਰੂ ਫਕੀਰ ਵਾਲੇ ਦੀ ਬੱਚੀ। ਹੋ, ਵਾਹ ਵਾਹ ਵਾਹ। ਹਾਂਜੀ ਸਰ, ਇਹਦੇ ਮੈਚਾਂ ਦੀ ਤੁਹਾਡੇ ਕੋਈ ਹੈ ਜੀ ਤਫਸੀਲ? ਬਿਲਕੁਲ ਜੀ, ਕੋਈ ਚੰਗੇ ਜਾਨਵਰ ਨਾਲ ਕਿੰਨਾ ਟਾਈਮ ਲੱਗਿਆ ਹੋਵੇ? ਇਹ ਜਿੰਨੇ ਲੜਿਆ ਜੀ, 20 ਮਿੰਟ ਹੀ ਲੜਿਆ ਜੀ। ਵਾਹ, ਇਹ ਪਹਿਲਾ ਮੈਚ ਮੇਰੇ ਖਿਆਲ 'ਚ ਜਿੱਤਿਆ ਸਾ ਜੇ। ਅੱਛਾ ਜੀ, ਤੇ ਤਿੰਨ ਮੈਚ, ਹਾਂਜੀ, ਸ਼ੇਰ ਜ਼ਮਾਨ ਦੇ ਖਿਲਾਫ ਪਹਿਲਾ ਮੈਚ ਹੀ ਲੜਿਆ। ਅੱਛਾ ਜੀ, 18 ਮਾਹ ਦਾ ਕਤੂਰਾ ਹੀ ਕਹਿ ਲਓ। ਹਾਂ, ਮੈਚ ਲੜਿਆ ਡੇਢ ਸਾਲ ਦਾ, ਡੇਢ ਸਾਲ ਦਾ, ਔਰ ਤਕਰੀਬਨ 15 ਮਿੰਟ ਉਹਨਾਂ ਹੱਥ ਖੜਾ ਕਰ ਲਿਆ ਜੀ। ਵਾਹ, ਤੇ ਪਹਿਲਾ ਜਿੱਤਿਆ, ਦੂਸਰਾ ਲੜਿਆ ਸਿਆਲਕੋਟ, ਪਾਕ ਸਿਆਲਕੋਟ ਗਰੁੱਪ ਦੇ ਖਿਲਾਫ। ਅੱਛਾ ਜੀ, ਉੱਥੇ 20 ਮਿੰਟ ਲੜ ਕੇ ਬਰਾਬਰ ਹੋਇਆ ਮੱਕੜੇ ਕੁੱਤੇ ਨਾਲ। ਵਾਹ, ਤੀਸਰਾ ਮੈਚ ਲੜਿਆ ਭਾਈ ਮੂਨ ਦੇ ਖਿਲਾਫ। ਅੱਛਾ ਜੀ, ਚੌਥਾ ਮੈਚ ਲੜਿਆ ਚੱਟਾ ਸਾਹਿਬ ਦੇ ਖਿਲਾਫ। ਵਾਹ ਵਾਹ ਵਾਹ, ਚਾਰ ਮੈਚਾਂ ਦੀ ਕਾਰਗਰਦਗੀ ਨੂੰ ਮੱਦੇ ਨਜ਼ਰ ਰੱਖਦੇ ਹੋਇਆ ਤੇ ਥੱਲੇ ਦੇ ਰਹੇ ਹੋ ਇਨਸ਼ਾਅੱਲਾ। ਤੇ ਥੱਲੇ ਆਂਦਾ ਰਹੇ ਜੀ, 4 ਦੇ 4 ਮੈਚ। ਕਿਆ ਬਾਤ, ਕਿਆ ਬਾਤ, ਪਹਿਲਾਂ ਵੀ 4 ਦੇ 4 ਮੈਚ ਥੱਲੇ ਆ ਕੇ ਲੜਿਆ। ਬਹੁਤ ਅੱਛਾ, ਬਹੁਤ ਅੱਛਾ। ਨਾਲੇ ਜੱਟਾਂ ਦੀ ਇੱਕ ਖਾਸੀਅਤ ਹੈ ਬੇਲੀਆਂ ਦੀ, ਇਸ ਬਰਾਦਰੀ ਦੀ, ਕਿ ਡਰ ਕੇ ਕੁੱਤਾ ਹੀ ਨਹੀਂ ਲੜਾਉਂਦੇ। ਬਿਲਕੁਲ ਜੀ, ਮਾਸ਼ਾਅੱਲਾ ਜੀ, ਚਸ ਆਏਗੀ ਜੀ, ਅੱਲਾ ਤਾਲਾ ਸ਼ੌਕ ਸ਼ਿਕਾਰ 'ਚ ਇੱਜ਼ਤ ਹੈ। ਸਰ ਖੁਰਾਕ, ਖੁਰਾਕ, ਖੁਰਾਕ ਦਿੱਤੇ ਜੀ, ਅੱਜ ਕੱਲ੍ਹ ਸਾਰੀ ਗੇਮ ਹੈ ਜੀ, ਨਸਲ ਹੋਣਾ ਬਹੁਤ ਜ਼ਰੂਰੀ ਹੈ ਜੀ। ਜੀ, ਜਾਨਵਰ ਦਾ ਨਸਲੀ ਹੋਣਾ ਬਹੁਤ ਜ਼ਰੂਰੀ ਹੈ ਜੀ ਬਾਈ, ਲੇਕਿਨ ਉਹਨਾਂ ਜ਼ਰੂਰੀ ਨਾਲ ਪਾਵਰ ਹੈ ਅਤੇ ਖੁਰਾਕ ਹੈ ਅੱਜ ਦੇ ਜ਼ਮਾਨੇ ਦੇ ਵਿੱਚ।
ਤੁਸੀਂ ਬਿਹਤਰ ਜਾਣਦੇ ਹੋ, ਤੁਸੀਂ ਤੇ ਅਰਸੇ ਦਰਾਸ ਤੋਂ ਇਸ ਕੰਮ ਦੇ ਵਿੱਚ ਹੋ ਜੀ। ਬਿਸਮਿਲ੍ਲਾ। ਤੇ ਅੱਜ ਕੱਲ ਜਿਹੜੀਆਂ ਪਾਵਰਾਂ ਨੇ ਉਹ ਵੀ ਲੜਦੀਆਂ ਨੇ ਜੀ ਜਾਨਵਰਾਂ ਦੀਆਂ। ਪਾਵਰ ਪਹਿਲੇ ਜੀ ਪਾਵਰ ਹੋਏਗੀ ਤੇ ਮਾਰ ਖਾਈ ਜਾਏਗੀ। ਬਿਲਕੁਲ ਜੀ, ਬਿਲਕੁਲ ਜੀ। ਜਾਨਵਰ ਜਿੱਡਾ ਵੀ ਨਸਲੀ ਹੋਵੇ ਉਹਦੇ ਪੱਲੇ ਕੱਖ ਨਾ ਹੋਵੇ ਤਾਂ ਕਿਤੇ ਕੀ ਕਰ ਸਕਦਾ। ਹਾਏ ਹਾਏ ਬੇਲੀਓ, ਬਿਲਕੁਲ। ਅਸੀਂ ਤੁਸੀਂ ਨਸਲਾਂ ਤੇ ਕਰ ਜਾਂਦੇ ਇਤਬਾਰ, ਨਸਲ ਕੀ ਕਰੇਗੀ ਜੇ ਢਿੱਡੋਂ ਭੁੱਖਾ ਹੋਏਗਾ। ਬਿਲਕੁਲ, ਕਿਆ ਮਿਹਨਤ ਮਾਲਕ ਨੇ ਵੀ ਉਨੀ ਹੀ ਕਰਨੀ। ਕਿਆ ਬਾਤ, ਆਪਣੀ ਮਿਹਨਤ ਕਰੋ ਅੱਗੇ, ਹਾਰ ਜਿੱਤ ਅੱਲਾ ਦੇ ਹੱਥ ਕਦਰਾਂ ਦੀ ਨਸੀਬਾਂ ਦੀ। ਬਹੁਤ ਅੱਛੇ, ਬਹੁਤ ਅੱਛੇ, ਬਹੁਤ ਅੱਛੇ। ਸਰ ਮੈਚ ਤੋਂ ਕਿਤਨੇ ਹਫ਼ਤੇ ਪਹਿਲੇ ਕੁੱਤੇ ਦੀ ਫਾਈਨਲ ਤਪਣੀ ਕਰਾਉਣੀ ਚਾਹੀਦੀ? 2 ਮਹੀਨੇ ਪਹਿਲਾਂ ਤਾਂ ਹੋਣੀ ਚਾਹੀਦੀ, ਉਸ ਤੋਂ ਵੀ 2 ਕੁ ਮਹੀਨੇ ਪਹਿਲਾਂ। 1.5 ਤੋਂ 2 ਮਹੀਨੇ ਪਹਿਲੇ ਤਪਣੀ ਹੋਣੀ ਚਾਹੀਦੀ। ਹਾਂਜੀ ਹਾਂਜੀ। ਜ਼ਖਮ ਜ਼ੁਖਮ ਵੀ ਹੋ ਸਕਦੇ ਨੇ ਇਸ ਵਾਸਤੇ 2 ਮਹੀਨੇ ਪਹਿਲਾਂ ਕੋਈ ਹੀਲ ਊਲ ਕਰਦੇ ਆ। ਜੀ ਜੀ ਜੀ। ਕੋਈ ਪੈਰ ਸ਼ੈਰ ਵੀ ਮੂੰਹ 'ਚ ਆ ਸਕਦਾ, ਕੁਛ ਵੀ ਹੋ ਸਕਦਾ, ਸੱਟ ਵੀ ਲੱਗ ਸਕਦੀ। ਬਿਲਕੁਲ ਜੀ, 2 ਕੁ ਮਹੀਨੇ ਪਹਿਲਾਂ ਜਿਹੜਾ ਨਾ ਉਹ ਕਰਵਾਉਣੀ ਚਾਹੀਦੀ ਫਾਈਨਲ ਤਪਣੀ। ਵਾਹ ਜੀ। ਉਹੀ ਤਾਂ ਸਾਰਾ ਗਰਮੀਆਂ ਹੀ ਤਪਣਾ ਚਾਹੀਦਾ ਜਾਨਵਰਾਂ ਨੇ ਜਿਹੜਿਆਂ ਨੇ ਲੜਨਾ। ਚੇਤਾ ਰਵੇ ਹਾਂਜੀ ਕਿ ਮੇਰੀ ਡਿਊਟੀ ਕੀ ਹੈ। ਬਿਲਕੁਲ ਬਿਲਕੁਲ, ਬਹੁਤ ਅੱਛਾ। ਜੇ ਇਸ ਗਰਮੀਆਂ ਖਾਣਾ, ਗਰਮੀਆਂ ਤਪਣਾ, ਉਸੇ ਸਿਆਲ ਜਾ ਕੇ ਜਿਹੜਾ ਨਾ ਨੰਬਰ ਕੱਢਣਾ। ਸਰ ਜਦੋਂ ਤਿਆਰੀ ਲਾਉਂਦੇ ਹੋ, ਹਾਂਜੀ, ਬਦਾਮ, ਮੁਰੱਬੇ, ਉਹ ਦੁੱਧ ਮਲਾਈਆਂ ਸਭ ਕੁਛ ਹੀ ਜੀ, ਦੇਸੀ ਖੁਰਾਕਾਂ? ਬਿਲਕੁਲ। ਤੇ ਨਾਲ ਕੋਈ ਦਵਾ ਦਾਰੂ, ਟੀਕਾ ਗੋਲੀ ਵੀ? ਟੀਕਾ ਦਾਰੂ ਤੇ ਨਹੀਂ ਅਸਾਂ ਕਰਦੇ ਜੀ, ਬਿਲਕੁਲ ਵੀ। ਅਗਰ ਜਾਨਵਰ ਨੂੰ ਕੋਈ ਬੁਖਾਰ ਬਖੂਰ ਹੈ ਤੇ, ਹਾਂਜੀ ਹਾਂਜੀ, ਅਗਰ ਕੋਈ ਬੁਖਾਰ ਬਖੂਰ ਹੈ ਤੇ ਉਹ ਤਾਂ ਫਿਰ ਮਜਬੂਰੀ ਬਣ ਜਾਂਦੀ ਉਹਦੇ ਵਾਸਤੇ। ਬਾਕੀ ਅਗਰ ਤੁਸੀਂ ਕਹੋ ਕਿ ਕੋਈ ਪਾਵਰਾਂ ਦੇ ਟੀਕੇ ਜਾਂ ਕੋਈ ਵੈਲਨਾ ਜਾਂ ਇਹੋ ਜਿਹੀ, ਤਾਂ ਉਹ ਕੋਈ ਚੀਜ਼ ਕੋਈ ਨਹੀਂ ਜੀ। ਬਹੁਤ ਅੱਛਾ। ਜੇ ਸਾਰੀਆਂ ਗਰਮੀਆਂ ਖਾਣਾ ਨਾ, ਉਹਨੂੰ ਇਹਨਾਂ ਚੀਜ਼ਾਂ ਦੀ ਲੋੜ ਕੋਈ ਨਹੀਂ ਜੀ। ਤੁਸੀਂ ਡਿਪੈਂਡ ਕਰ ਰਹੇ ਹੋ ਜੀ ਗਜ਼ਾ ਤੇ, ਖੁਰਾਕ ਜੀ, ਦੇਸੀ ਖੁਰਾਕ। ਵਾਹ, ਦੇਸੀ ਖੁਰਾਕ, ਬਹੁਤ ਅੱਛਾ। ਸਰ ਇਸ ਜਾਨਵਰ ਦੀ ਖੁਰਾਕ ਪਸੰਦੀਦਾ ਗੋਸ਼ਤ? ਹਾਂਜੀ। ਜਦੋਂ ਤਿਆਰੀ ਲੱਗ ਜਾਂਦਾ ਜਾਨਵਰ ਜੀ, ਸਰਦੀਆਂ ਹੀ ਹੁੰਦੀਆਂ ਜੀ, ਤੇ ਸਰ ਕਿੰਨਾ ਕੁ ਗੋਸ਼ਤ ਦੇਣਾ ਚਾਹੀਦਾ ਆਪਣੇ ਬੇਲੀਆਂ ਨੂੰ, ਭਰਾਵਾਂ ਨੂੰ ਇਹ ਵੀ ਦੱਸੋ ਜੀ। ਜਾਨਵਰ ਜਾਨਵਰ ਤੇ ਡਿਪੈਂਡ ਕਰਦਾ ਜੀ, ਜੇ ਜਾਨਵਰ ਗਰਮ ਤਬੀਅਤ ਦੇ ਨੇ ਤੇ ਠੰਡੀ ਤਬੀਅਤ ਦੇ ਨੇ, ਜਿੰਨਾ ਤੁਹਾਡਾ ਜਾਨਵਰ ਬਰਦਾਸ਼ਤ ਕਰੇ ਉਸ ਤਿਆਰੀ ਦੇ ਹਿਸਾਬ ਨਾਲ। ਅਗਰ ਵੱਡਾ ਜਾਨਵਰ ਹੈ ਤਾਂ ਤੁਸੀਂ 3 ਪਾ ਤੋਂ ਕਿਲੋ ਦੇ ਦਰਮਿਆਨ ਰੱਖ ਸਕਦੇ ਹੋ। ਬਹੁਤ ਅੱਛਾ। ਲੇਕਿਨ ਉਹ ਜਾਨਵਰ ਤੇ ਡਿਪੈਂਡ ਕਰਦਾ ਕਿੰਨੀ ਉਹ ਗਰਮੀ ਮਹਿਸੂਸ ਕਰਦਾ, ਉਹਦੀ ਤਬੀਅਤ ਦੇ ਮੁਤਾਬਕ, ਉਹਦੀ ਤਬੀਅਤ ਦੇ ਮੁਤਾਬਕ। ਤੇ ਅਗਰ ਛੋਟਾ ਜਾਨਵਰ ਹੈ ਤਾਂ ਜ਼ਾਹਿਰ ਜੀ ਗੱਲ ਹੈ ਉਹਨੇ ਥੋੜਾ ਖਾਣਾ, ਉਹਦੇ ਛੋਟੇ ਦੇ ਵਿੱਚ ਬਹੁਤਾ ਪਾਓਗੇ ਤਾਂ ਪਟ ਹੈਗਾ ਫਿਰ। ਹਾਂਜੀ, ਉਹ ਨੁਕਸਾਨ ਹੋਏ। ਹਾਂਜੀ, ਜਿਤਨਾ ਜਾਨਵਰ ਆਸਾਨੀ ਨਾਲ ਹਜ਼ਮ ਕਰੇ ਜੀ, ਬਿਲਕੁਲ, ਜਿਤਨਾ ਕੋ ਖਾਏ ਉਹਨੂੰ ਲੱਗੇ। ਬਿਲਕੁਲ, ਇਹ ਨਹੀਂ ਕਿ ਪਾਈ ਜਾਓ ਤੇ ਡੋਲੀ ਜਾਓ। ਹਾਂਜੀ, ਅਗਰ ਜ਼ਿਆਦਾ ਕਰੋਗੇ ਤੇ ਜਿਹੜਾ ਸਾਡੇ ਤਜਰਬੇ ਦੇ ਮੁਤਾਬਕ ਜੀ, ਹਰ ਬੰਦਾ ਇਨਸਾਨ ਦਾ ਆਪਣਾ ਆਪਣਾ ਤਜਰਬਾ, ਹਰ ਇਨਸਾਨ ਦਾ ਆਪਣਾ ਆਪਣਾ ਉਹਨਾਂ ਦਾ ਤਜਰਬੇ ਨੇ, ਉਹਨਾਂ ਨੇ ਆਪਣੀਆਂ ਆਪਣੀਆਂ ਚੀਜ਼ਾਂ ਕੀਤੀਆਂ ਨੇ, ਤੇ ਸਾਡੇ ਮੁਤਾਬਿਕ ਤੇ ਜਿਹੜਾ ਜਾਨਵਰ ਬਹੁਤ ਜ਼ਿਆਦਾ ਗੋਸ਼ਤ ਖਾਏਗਾ ਉਹ ਲੰਬਾ ਨਹੀਂ ਜਾ ਸਕਦਾ, ਉਹ ਹੀਟ ਫਿਰ ਹੀਟ ਮਾਰ ਦਿੰਦਾ। ਇਹ ਬੇਲੀਓ ਮਟਮਲਾਂ ਵਾਲਾ, ਕਿਆ ਬਾਤ ਹੈ, ਬਹੁਤ ਅੱਛੀ ਵੇਲ, ਬਹੁਤ ਅੱਛੀ ਵੇਲ ਬੇਲੀਓ, ਬਹੁਤ ਅੱਛਾ ਮੂੰਹ ਲੱਗਿਆ ਆ, ਬਹੁਤ ਅੱਛੀ ਦੁਮ। ਚੌਧਰੀ ਫਜ਼ਲ ਅਹਿਮਦ ਬਾਜਵਾ ਸਾਹਿਬ, ਚੇਅਰਮੈਨ ਆਲ ਪਾਕਿਸਤਾਨ ਪਾਕ ਜਨੂਨ ਗਰੁੱਪ, ਰਈਸ ਆਜ਼ਮ ਚੀਚਾ ਵਤਨੀ, ਅੱਜ ਮੈਂ ਉਹਨਾਂ ਦੇ ਡੇਰੇ 'ਤੇ ਆ, ਮਜ਼ਾ ਆਇਆ ਜਾਨਵਰ ਦੇਖ ਲਓ ਲਓ ਬੇਲੀਓ। ਸਾਰੇ ਬੇਲੀ ਕੋਸ਼ਿਸ਼ ਕਰਦੇ ਆ ਕਿ ਮੇਰਾ ਚੰਗਾ ਹੋਵੇ, ਲੇਕਿਨ ਜਿਹੜੇ ਚੰਗੇ ਅਸੀਲ ਉਹਨਾਂ ਦੀਆਂ ਨਿਸ਼ਾਨੀਆਂ ਹੀ ਹੋਰ। ਕਿਆ ਬਾਤ, ਕਿਆ ਬਾਤ, ਕਿਆ ਬਾਤ। ਸਰ ਤੁਹਾਡੇ ਡੇਰੇ 'ਤੇ ਟੋਟਲ ਜਾਨਵਰ ਕਿਤਨੇ? 5 ਵੱਡੇ ਜਾਨਵਰ ਨੇ ਜੀ। 5 ਵੱਡੇ ਜਾਨਵਰ? ਹਾਂਜੀ। ਆਉਣੇ ਵਾਲੇ ਸੀਜ਼ਨ 'ਚ ਇੱਕ ਤਾਂ ਇਹ ਹੋ ਗਿਆ ਨਾ ਮਟਮੱਲਾਂ ਵਾਲਾ, ਹਾਂਜੀ, ਇਸ ਤੋਂ ਇਲਾਵਾ ਵੀ ਕੋਈ ਤਿਆਰ ਕਰੋਗੇ ਜੀ? ਸਾਰੇ ਜਿੰਨੇ 5 ਤੇ 5 ਹੀ ਇਨਸ਼ਾਅੱਲਾ ਤਾਂ ਅਗਲੇ ਸਾਲ ਲੜਾਂਗੇ। ਜਨੂਨ ਗਰੁੱਪ ਦੇ ਜਿੰਨੇ ਵੀ ਮੈਚ ਹੋਣਗੇ ਜੀ, ਹਰ ਮੈਚ 'ਚ ਤੁਹਾਡੀ ਨੁਮਾਇੰਦਗੀ ਹੋਏਗੀ? ਹਾਂਜੀ, ਇਨਸ਼ਾਅੱਲਾ ਤਾਲਾ, ਇਨਸ਼ਾਅੱਲਾ ਤਾਲਾ। ਜਿਹੜਾ ਖੋਖਰਾਂ ਦੇ ਨਾਲ ਮੈਚ ਜੀ,
ਉਹਦੇ ਵਿੱਚ ਇਨਸ਼ਾਅੱਲਾ ਤਾਲਾ ਉਮੀਦ ਹੈ ਕਿ ਦੋ ਜਾਨਵਰ ਇੱਕ ਇਹ ਅਤੇ ਇੱਕ ਹੋਰ ਹੈ ਤੁਹਾਨੂੰ ਖਾਣਾ। ਕਿਆ ਬਾਤ! ਅਤੇ ਬਾਕੀ ਅੱਗੋਂ ਜਿਹੜੇ ਮਜ਼ੀਦ ਮੈਚ ਆਉਣਗੇ ਉਹਨਾਂ ਦੇ ਵਿੱਚ ਜਿਸ ਹਿਸਾਬ ਨਾਲ ਵੰਡ ਬਣੀ ਉਸ ਹਿਸਾਬ ਨਾਲ ਲਓ ਸਰ। ਦੂਸਰਾ ਜਿਹੜਾ ਖੋਖਰਾਂ ਵਾਲੇ ਮੈਚ 'ਚ ਪਾ ਕੇ ਇਤਫਾਕ ਗਰੁੱਪ ਦੇ ਖਿਲਾਫ ਲੜਾਉਣਾ ਜੀ, ਹੁਣ ਉਹ ਲਿਆਓ ਜੀ। ਜੀ ਠੀਕ। ਬੇਲੀਓ ਸੱਜਣੋ, ਪਿਆਰੇ ਭਾਈਓ, ਚੌਧਰੀ ਫਜ਼ਲ ਅਹਿਮਦ ਬਾਜਵਾ ਸਾਹਿਬ ਦਾ ਸ਼ੌਕ ਸ਼ਿਕਾਰ, ਕਿਆ ਬਾਤ ਹੈ ਜੀ, ਚੇਅਰਮੈਨ ਪਾਕ ਜਨੂਨ ਗਰੁੱਪ, ਬਹੁਤ ਵਧੀਆ ਬੇਟਾ। ਇਹਨੂੰ ਪਟਾ ਛੱਡ, ਇਹਨੂੰ ਖੁੱਲ੍ਹਾ ਕਰ। ਕਿਆ ਬਾਤ, ਕਿਆ ਬਾਤ, ਕਿਆ ਬਾਤ, ਕਿਆ ਬਾਤ, ਬਹੁਤ ਅੱਛਾ ਲਿਆ ਖਾ ਕੇ। ਕਿਆ ਬਾਤ, ਕਿਆ ਬਾਤ, ਬਹੁਤ ਅੱਛਾ। ਜਨਾਬੇ ਅਲੀ ਚੌਧਰੀ ਫਜ਼ਲ ਬਾਜਵਾ ਸਾਹਿਬ ਭਾਈ, ਇਸ ਡੌਗੀ ਕਾ ਕਿਆ ਨਾਮ ਹੈ ਜੀ? ਇਹਦਾ ਨਾਮ ਹੈ ਜੀ ਰੈਪਟੋਰ। ਕਿਆ ਬਾਤ ਸਰ, ਕਿੰਨੀ ਹਾਈਟ ਜੀ ਇਹਦੀ? ਸ਼ਾਹ ਜੀ ਮੇਰੇ ਮੁਤਾਬਿਕ ਤਾਂ 31 ਹੈ ਵੇ। 31? ਹਾਂਜੀ ਹਾਂ, 31 ਹੈਗੀ, ਲੇਕਿਨ ਲੰਬਾ ਜ਼ਿਆਦਾ ਜੀ। ਹਾਂਜੀ ਲੰਬਾ ਬਹੁਤ ਜ਼ਿਆਦਾ ਜੀ। ਸਰ ਇਹਦੀ ਉਮਰ ਕਿਤਨੀ? ਪੂਰੇ 23 ਮਹੀਨੇ ਜੀ। 23 ਮਹੀਨੇ? 23 ਮਹੀਨੇ ਹਾਂਜੀ। ਬੜੀਆਂ ਨਾਸਾਂ ਕਾਲੀਆਂ ਜੀ, ਬੜੀ ਬਰੀਕ ਅੱਖ ਹੈ ਸਰ ਇਹਦੀਆਂ, ਤਾਂ ਤਪਣੀਆਂ ਹੀ ਹੋਣੀਆਂ ਹਾਲੇ ਤੁਹਾਡੇ ਕੋਲ? ਹਾਂਜੀ ਬਿਲਕੁਲ, ਤਪਣੀਆਂ 'ਚ ਜੀ। ਸਰ ਕਿੰਨੀਆਂ ਤਪਣੀਆਂ ਫਜ਼ਲ ਭਾਈ ਇਹਦੀਆਂ? 3 ਤਪਣੀਆਂ ਜੀ ਇਹਦੇ ਕੋਲ। ਸਰ ਕਿੰਨੇ ਕਿੰਨੇ ਮਿੰਟ ਦੀਆਂ? 5-5, 6-6 ਮਿੰਟ ਦੀਆਂ ਹੈ ਨਾ, 5 ਕੁ ਮਿੰਟ ਦੀਆਂ। ਸਰ ਤੁਸੀਂ ਮੁਤਮੇਨ ਹੋ ਇਹਦੀਆਂ ਤਪਣੀਆਂ? ਬਿਲਕੁਲ ਜੀ। ਸਿਰ ਤੇ ਲੱਗਦਾ, ਕੰਨ ਤੇ ਲੱਗਦਾ, ਕਿੱਥੇ ਲੱਗਦਾ ਜੀ? ਜਿੱਧਰ ਆਉਂਦਾ ਜਾਂਦਾ ਉੱਧਰ ਹੀ ਜਾਂਦਾ ਜਾਂਦਾ, ਜਿਹੜੀ ਸ਼ਾਇਦ ਇੱਥੇ ਆ ਜਾਏ। ਕਿਆ ਬਾਤ! ਹੁਣ ਇਨਸ਼ਾਅੱਲਾ ਤਾਲਾ ਫਿਰ ਕਰਵਾਵਾਂਗੇ ਕੋਈ ਅੱਗੋਂ ਮਜ਼ੀਦ, ਕਿਉਂਕਿ ਉਮਰ ਪੂਰੀ ਕਰਦਾ ਜਾਂਦਾ, ਜਿਵੇਂ 7-8 ਮਿੰਟ, 10 ਮਿੰਟ, ਐਵੇਂ ਫਿਰ ਉੱਤੇ ਉੱਤੇ ਜਾਂਦਾ ਜਾਵਾਂਗੇ ਜੀ। ਬਿਹਤਰ। ਹਾਂਜੀ ਮਟਮੱਲਾ ਵਾਲੇ ਦੇ ਨਾਲ ਇਹ ਤਿਆਰ ਕਰ ਰਹੇ ਹੋ ਜੀ, ਬਾ ਮੁਕਾਬਲਾ ਪਾ ਕੇ ਇਤਫਾਕ ਗਰੁੱਪ? ਬਿਲਕੁਲ ਜੀ, 100% ਜੀ। ਬਹੁਤ ਅੱਛੀ, ਬਹੁਤ ਅੱਛੀ, ਬਹੁਤ ਅੱਛੀ, ਬਹੁਤ ਅੱਛੀ। ਸਰ ਥੱਲੇ ਇਨਸ਼ਾਅੱਲਾ ਤਾਲਾ ਜੀ, ਥੱਲੇ ਹੀ ਇਨਸ਼ਾਅੱਲਾ ਤਾਲਾ ਜੇ ਸਿਚੁਏਸ਼ਨ ਬਣ ਗਈ ਉੱਪਰ ਲਾਣ ਦੀ ਗਰੁੱਪ ਦਾ, ਕੋਈ ਆਰਡਰ ਆ ਗਿਆ ਸਿਲੈਕਸ਼ਨ ਕਮੇਟੀ ਦਾ, ਜਿਵੇਂ ਗਰੁੱਪ ਆਖੇਗਾ, ਜਿਵੇਂ ਸਿਲੈਕਸ਼ਨ ਕਮੇਟੀ ਆਖੇਗੀ ਜੀ, ਜੀ ਉਵੇਂ ਜੀ। ਸਰ ਇਹਦਾ ਉੱਤੇ ਥੱਲੇ ਦਾ ਤਾਂ ਕੋਈ ਰੌਲਾ ਹੀ ਨਹੀਂ? ਨਹੀਂ ਬਿਲਕੁਲ ਨਹੀਂ ਜੀ, ਇਹਦਾ ਤਪਣੀਆਂ ਬਹੁਤ ਆਊਟ ਕਲਾਸ ਨੇ, ਬਹੁਤ ਅੱਛਾ ਤਪਿਆ ਜੀ, ਮੂੰਹ ਵੀ ਲੰਬਾ ਹੈ ਜੀ, ਇਹਦੀ ਪਕੜ ਵੀ ਅੱਛੀ ਹੋਏਗੀ, ਅੱਖ ਬੜੀ ਬਰੀਕ ਹੈ ਜੀ। ਬਿਲਕੁਲ ਜੀ। ਸਰ ਮਟਮੱਲਾ ਵਾਲਾ ਤੇ ਇਹ ਜੀ, ਦੋ ਬਾ ਮੁਕਾਬਲਾ ਪਾ ਕੇ ਇਤਫਾਕ ਗਰੁੱਪ ਇਨਸ਼ਾਅੱਲਾ ਤਾਲਾ ਤਿਆਰ ਕਰ ਰਹੇ ਹੋ ਜੀ? ਇਨਸ਼ਾਅੱਲਾ। ਦੇਖੋ ਜੀ, ਹੁਣ ਤੁਹਾਡੇ ਡੇਰੇ ਤੇ ਆਇਆ ਜੀ, ਅੱਲਾਹ ਤਾਲਾ ਸ਼ੌਕ ਸ਼ਿਕਾਰ 'ਚ ਜ਼ਦ ਹੈ। ਸਰ ਥੱਲੇ ਦੇਣ ਲੱਗਿਆਂ ਕੋਈ ਦਿਲ ਥੋੜ੍ਹਾ ਜਿਹਾ ਧੜਕਦਾ ਤਾਂ ਨਹੀਂ ਜੀ? ਵੇਖੋ ਜੀ, ਸ਼ੌਕ ਹੈ, ਕਾਹਦੇ ਵਾਸਤੇ ਕੀਤਾ? ਇੰਝ ਹੀ ਸ਼ੌਕ ਕੀਤਾ ਨਾ, ਮਤਲਬ ਲੜਾਉਣ ਵਾਸਤੇ ਸ਼ੌਕ ਕੀਤਾ, ਅਤੇ ਫਿਰ ਉੱਤੇ ਕੀ ਅਤੇ ਥੱਲੇ ਕੀ? ਜੇ ਅਗਰ ਤੁਸੀਂ ਡਰ ਡਰ ਕੇ ਲੜਾਉਣਾ, ਜੇ ਤੁਸੀਂ ਮਹਿੰਦਿਆਂ ਰਹਿਣਾ ਕਿ ਆਇਆ ਕੋਈ ਮਾੜਾ ਜਿਹਾ ਹੋਏਗਾ ਉਹਦੇ ਉੱਤੇ ਮੈਂ ਲਾਵਾਂਗਾ, ਤਾਂ ਉਹ ਤਾਂ ਚੱਸਣਾ ਨਾ ਆਈ, ਪਬਲਿਕ ਵੀ ਵੇਖ ਰਹੀ, ਦੁਨੀਆ ਵੀ ਵੇਖ ਰਹੀ ਹੈ, ਜਦੋਂ ਥੱਲੇ ਆ ਜਾਣਾ ਤਾਂ ਕੰਮ ਮੁੱਕ ਜਾਣਾ। ਕਿਆ ਸਪੁਰਦਾ, ਆਪਣੇ ਵੱਲੋਂ ਮਿਹਨਤ ਕਰਕੇ ਲੈ ਕੇ ਜਾਓ ਅੱਗੇ ਹਾਰਜਿਤ ਮੁਕਦਰਾ ਦੀ। ਸਰ ਅੱਖ ਬਹੁਤ ਅੱਛੀ, ਚਿਹਰਾ ਬਹੁਤ ਅੱਛਾ, ਇਹਦਾ ਇਹਦਾ ਬਾਪ ਕਿਹੜਾ ਜੀ? ਇਹਦਾ ਬਾਪ ਜੀ ਕੇਟੂ, ਜਿਹੜਾ ਤੁਸੀਂ ਬੈਨਵਰ ਦੇ ਡੇਰੇ ਤੇ ਇੰਟਰਵਿਊ ਕੀਤਾ। ਅੱਛਾ ਅੱਛਾ, ਇਹ ਕੇਟੂ ਦਾ ਬੱਚਾ? ਇਹ ਵੀ ਕੇਟੂ ਦਾ ਬੱਚਾ, ਹਾਂਜੀ, ਜਵੇਦ ਗੋਂਦਲ ਵਾਲੇ ਦਾ। ਹਾਂਜੀ। ਵਾਹ ਵਾਹ, ਬਹੁਤ ਅੱਛਾ ਫਜ਼ਲ ਭਾਈ, ਕਿਆ ਬਾਤ ਹੈ ਜੀ, ਜੀ ਬਹੁਤ ਅੱਛੀ ਬਰੀਫ ਜੀ। ਬਿਲਕੁਲ। ਇਹਦੀ ਮਾਂ ਕਿਹੜੀ ਸੀ ਜੀ? ਇਹਦੀ ਮਾਂ, ਇਹ ਹੁਣੇ ਤੁਹਾਨੂੰ ਕੁੱਤਾ ਵਿਖਾਉਂਦੇ ਆ, ਟਾਰਜ਼ਨ ਮੇਰੇ ਕੋਲ ਹੀ ਇੱਥੇ। ਅੱਛਾ ਜੀ। ਉਹ ਮੇਜਰ ਵਾਲੀ ਬਰੀਡ 'ਚੋਂ ਹੈ? ਅੱਛਾ ਅੱਛਾ ਅੱਛਾ, ਹਾਂਜੀ। ਉਹਦਾ ਉਹਦੀ ਧੀ ਹੈ, ਉਹ ਵੀ ਮਾਂ ਵੀ ਇਹਦੀ ਇੱਥੇ ਮੇਰੇ ਕੋਲ ਹੀ, ਉਹ ਵਿਖਾ ਦਿੰਦੇ ਆ। ਇਹ ਸਰ ਘਰ ਦੀ ਬਰੀਡ? ਇਹ ਘਰ ਦੀ ਬਰੀਡ, ਹਾਂਜੀ। ਲੈ ਬੇਲੀਓ, ਇੱਕ ਹੋਰ ਨਵੀਂ ਗੱਲ, ਗਿਫਟ ਤਾਂ ਹੋ ਹੀ ਜਾਂਦੇ ਆ, ਬੇਲੀ ਕੁੱਤੇ ਖਰੀਦ ਵੀ ਲੈਂਦੇ ਆ, ਲੇਕਿਨ ਇਹ ਘਰ ਬੱਚਾ, ਘਰ ਕੁੱਤੀ ਸਵਾਈ ਜੀ, ਘਰ ਦਾ ਬੱਚਾ ਜੀ, ਇਹ
ਇਹਦੇ ਨਾਲ ਮੁਹੱਬਤ, ਇਹਦੀਆਂ ਹਰ ਆਦਤ ਦਾ, ਹਰ ਗੱਲ ਦਾ ਪਤਾ ਜੀ। ਕਿਆ ਬਾਤ, ਕਿਆ ਬਾਤ, ਕਿਆ ਬਾਤ, ਕਿਆ ਬਾਤ ਸਰ। ਘਰ ਦਾ ਪਾਲਿਆ ਹੋਇਆ ਜਾਨਵਰ, ਬਿਲਕੁਲ ਚੱਸ, ਬਿਲਕੁਲ ਜੀ। ਇਹ ਜਿਹੜਾ ਤੁਸੀਂ ਬਾਈ ਅਨਵਰ ਕੋਲ ਉੱਥੇ ਰੱਤਾ ਡੱਬਾ ਵੇਖਿਆ ਜੀ, ਜੀ ਕੇਟੂ ਦਾ ਬੱਚਾ ਜੀ, ਦੇਖਿਆ ਇਹ ਸੱਕੇ ਭਰਾ ਨੇ ਦੋਵੇਂ? ਉਹ ਜਿੰਨ ਨਹੀਂ, ਦੂਸਰਾ ਹਲਕ। ਅੱਛਾ, ਹਲਕ ਦਾ ਇਹ ਭਰਾ, ਸੱਕਾ ਭਰਾ ਨੇ ਜੀ, ਕੁਕੁਰੇ ਦੇ ਨੇ। ਠੀਕ ਹੋ ਗਿਆ, ਠੀਕ ਹੋ ਗਿਆ। ਉਹਦੀਆਂ ਵੀ ਤਪਣੀਆਂ, ਇਹਦੀਆਂ ਵੀ ਤਪਣੀਆਂ, ਬਿਲਕੁਲ ਜੀ। ਇਹਨਾਂ ਦਾ ਘੋਰ ਭਰਾ ਹੁਣ ਤੁਹਾਨੂੰ ਹੁਣੇ ਵਿਖਾਉਂਦਾ ਜੀ। ਜੀ ਠੀਕ, ਜੀ ਠੀਕ। ਇਹ ਤੁਸੀਂ ਉਹ ਦੋ ਜਾਨਵਰ ਦਿਖਾਏ ਜਿਹੜੇ ਆਉਣ ਵਾਲੇ ਸੀਜ਼ਨ 'ਚ ਤਿਆਰ ਕਰਕੇ ਪੱਕੇ ਪਾ ਕੇ ਇਤਫਾਕ ਗਰੁੱਪ ਦੇ ਖਿਲਾਫ ਹੀ ਲੜਾਉਣੇ ਆ। ਬਿਲਕੁਲ ਜੀ ਸਰ, ਇਨਸ਼ਾਅੱਲਾ ਤਾਲਾ। ਇਹ ਤਾਂ ਚੇਅਰਮੈਨ ਦੀ ਡਿਊਟੀ ਹੈ। ਬਿਲਕੁਲ ਜੀ, ਚੇਅਰਮੈਨ ਐਵੇਂ ਦਾ ਨਹੀਂ ਬਣਿਆ ਜਾਂਦਾ ਸਰ। ਮੈਂ ਦੇਖੇ ਚੇਅਰਮੈਨ ਬਹੁਤ ਸਾਰੇ ਗਰੁੱਪਾਂ ਦੇ, ਨਾ ਘਰ ਕੁੱਤਾ ਨਾ ਕੁੱਤੀ, ਉਹਨਾਂ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਉਹਨਾਂ ਨੂੰ ਇਹੀ ਕਹਿਣਾ ਚਾਹਾਂਗਾ ਕਿ ਕੋਈ ਜਾਨਵਰ ਰੱਖੋ। ਹਾਂ, ਚੇਅਰਮੈਨ ਹੋ, ਹਾਂਜੀ, ਜਾਨਵਰ ਰੱਖੋਗੇ, ਉਹਨੂੰ ਤਿਆਰ ਕਰੋਗੇ, ਘਰੋਂ ਤਿਆਰ ਕਰੋਗੇ, ਤੇ ਉਹ ਫਿਰ ਤੁਹਾਨੂੰ ਸ਼ੌਕ ਦਾ ਮਜ਼ਾ ਵੀ ਆਏਗਾ, ਫਿਰ ਚੇਅਰਮੈਨੀ ਦਾ ਵੀ ਮਜ਼ਾ ਆਏਗਾ। ਬਿਲਕੁਲ, ਤੇ ਬਾਕੀ ਹਰ ਇਨਸਾਨ ਦੀ ਆਪਣੀ ਆਪਣੀ ਸਿਚੁਏਸ਼ਨ ਹੈ, ਹਰ ਇਨਸਾਨ ਦਾ ਆਪਣਾ ਆਪਣਾ ਨਿਜ਼ਾਮ ਹੈ, ਉਹਦੇ ਨਿਜ਼ਾਮ ਦੇ ਮੁਤਾਬਿਕ ਫਿਰ ਉਹਨੂੰ ਚੱਲਣਾ ਪੈਂਦਾ। ਜੀ ਬਿਲਕੁਲ। ਬਾਕੀ ਅਗਰ ਸ਼ੌਕ ਕਰਨਾ ਤਾਂ ਸ਼ੌਕ ਦਾ ਮਜ਼ਾ ਹੋਈ, ਜਿਹੜਾ ਤੁਸੀਂ ਘਰ ਜਾਨਵਰ ਜਿਹੜਾ ਨਾ ਅੱਬਲ, ਤੇ ਤੁਸੀਂ ਘਰ ਕੁੱਤੀ ਸਵਾਓ, ਉਹਦਾ ਬੱਚਾ ਪਾਲੋ, ਉਹਨੂੰ ਰੱਖੋ, ਉਹ ਫਿਰ ਸ਼ੌਕ ਦੀ ਇੱਕ ਚੱਸ ਵੀ ਮਜ਼ਾ। ਜਿਹੜੀ 20 ਸਾਲ ਪਹਿਲੇ ਸਾਡੇ ਸਿਆਣੇ ਸ਼ਿਕਾਰੀਆਂ ਦੀ ਇੱਕ ਰਵਾਇਤ ਸੀ, ਬਿਲਕੁਲ, ਗੁੱਲਰ ਤਿਆਰ ਕਰਨਾ, ਪੱਠਾ ਤਿਆਰ ਕਰਨਾ, ਉਹਨੂੰ ਫਿਰ ਲੈ ਕੇ ਜਾਣਾ ਖੇਡ ਤੇ, ਉਹਦੀ ਆਪਣੀ ਮਜ਼ਾ। ਕਿਆ ਬਾਤ, ਆਪਣਾ ਹੀ ਮਜ਼ਾ ਜੀ ਉਹਦਾ। ਬਹੁਤ ਸਰ, ਪਾਕਿਸਤਾਨ 'ਚ ਬਹੁਤ ਸਾਰੇ ਅੱਛੇ ਅੱਛੇ ਗਰੁੱਪ ਜੀ, ਜਿਹੜੇ ਗਰੁੱਪ ਦਾ, ਜਿਹੜੇ ਸਦਰ ਦੀ ਅੱਛੀ ਸਿਲੈਕਸ਼ਨ, ਕੋ ਮੈਨੂੰ ਆਪਣੇ ਬਹੁਤ ਪਿਆਰੇ ਬੇਲੀਆਂ ਦਾ ਦੱਸੋ ਜੀ, ਜਿਹੜੇ ਤੁਹਾਡੇ ਪਸੰਦੀਦਾ ਹੋਣ। ਪਸੰਦੀਦਾ ਤੇ ਅਗਰ ਤੁਸੀਂ ਵੇਖਿਆ ਜਾਏ, ਅਗਰ ਉਹ ਕਰੋ ਤੇ ਖਾਨ ਸਾਹਿਬ ਮੈਨੂੰ ਬੜੇ ਪਸੰਦ ਸਨ। ਖਾਨ ਅਫਜ਼ਲ ਕਯੂਮ ਖਾਨ ਜੀ, ਬਿਲਕੁਲ। ਕਿਆ ਬਾਤ, ਤੇ ਸਾਡੇ ਸ਼ੌਕ ਤੇ ਆਉਣ ਤੋਂ ਪਹਿਲਾਂ ਹੀ ਉਹਨਾਂ ਨੇ ਸ਼ੌਕ ਜਿਹੜਾ ਉਹ ਆਪਣਾ ਮਾਈਂਡ ਅਪ ਕਰ ਰਹੇ ਸਨ। ਆ ਗਏ ਜੀ, ਵਾਪਸ ਆ ਗਏ। ਹਾਂਜੀ ਹਾਂਜੀ, ਤੇ ਬਾਕੀ ਚੰਦ ਇੱਕ ਹੋਰ ਵੀ ਆਏ ਨੇ ਜਿਵੇਂ ਤੁਸੀਂ ਕਹਿ ਸਕਦੇ ਹੋ, ਜਿਨ੍ਹਾਂ ਦਾ ਅੱਛਾ ਨਾਮ ਹੈ ਉਹਨਾਂ ਨੇ, ਅੱਛੇ ਜਾਨਵਰ ਉਹਨਾਂ ਨੇ, ਬੱਟ ਸਾਹਿਬ ਨੇ, ਬਾਮਜਦ ਬੱਟ ਸਾਹਿਬ, ਸਦਰ ਬਾਗ ਲਾਹੌਰ ਗਰੁੱਪ, ਹਾਂਜੀ, ਉਹਨਾਂ ਨੇ ਵੀ ਅੱਛੇ ਜਾਨਵਰ ਕਹਿ ਸਕਦੇ ਹੋ ਕਿ ਆਪਣੇ ਲੜਾਏ ਨੇ ਕੀਤੇ ਨੇ। ਤੇ ਬਾਕੀ ਜਿਹੜੇ ਮੌਜੂਦਾ ਸਭ ਠੀਕ ਨੇ, ਲੇਕਿਨ ਅਗਰ ਤੁਸੀਂ ਵੇਖੋ ਤੇ ਉਹ ਜਿਹੜਾ ਪੁਰਾਣਾ ਮਿਆਰ ਸੀ, ਜਿਵੇਂ ਸੁਣੀਦਾ ਕਿ ਬਲੜਾ ਸਾਹਿਬ ਸਨ, ਰਿਆਜ਼ ਖਾਨ ਬਲੜਾ ਸਾਹਿਬ, ਖਾਨ ਰਿਆਜ਼ ਖਾਨ ਬਲੜਾ, ਹਾਂਜੀ, ਵਾਹ ਵਾਹ। ਅਗਰ ਖਾਨ ਸਾਹਿਬ ਨੂੰ ਵੇਖੋ ਤੇ ਬਾਕੀ ਜਿਹੜੇ ਸਾਰਾ ਸ਼ੌਕ ਹੈ ਨਾ, ਅਗਰ ਮੈਂ ਮੌਜੂਦਾ ਹਾਲਾਤਾਂ 'ਚ ਜਾਂ ਵੇਖਾਂ ਤਾਂ ਉਹੋ ਜਿਹਾ ਕੋਈ ਮਿਆਰ ਨਹੀਂ, ਕੋਈ ਮਿਆਰ ਜਿਹਨੂੰ ਕਹਿ ਸਕਦੇ ਹੋ। ਉਹਨਾਂ ਦਾ ਇੱਕ ਨਾਮ ਸੀ ਜਿਵੇਂ ਰਿਆਜ਼ ਖਾਨ ਸਾਹਿਬ ਦਾ, ਜਿਵੇਂ ਨਾਮ ਸੀ ਉਹ ਜਿਹੜਾ ਇਹ ਸੀ ਕਿ ਮਤਲਬ ਸਾਲਸੀ ਦੇ ਵਿੱਚ ਵੀ ਮਿਆਰ ਸੀ, ਸ਼ੌਕ ਸ਼ਿਕਾਰ ਦੇ ਥੰਮ, ਜਾਨਵਰ ਨੂੰ ਲੜਾਉਣ 'ਚ ਵੀ ਮਿਆਰ ਸੀ, ਅੱਜ ਵੀ ਉਹਨਾਂ ਦੀਆਂ ਮਿਸਾਲਾਂ ਦਿੱਤੀਆਂ ਜਾਂਦੀਆਂ। ਬਿਲਕੁਲ ਬਿਲਕੁਲ, ਤੇ ਹੁਣ ਜਿੰਨੇ ਵੀ ਸਦਰ ਨੇ ਅੱਗੋਂ, ਉਹਨਾਂ ਨੇ ਉਹ ਮਿਆਰ ਆਪਣਾ ਸਦਰ ਨੇ ਮਿਆਰ ਬਣਾਉਣਾ ਨਾ ਜੀ ਗਰੁੱਪ ਜੀ 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 ਤੇ ਉਹਨਾਂ ਸਦਰਾਂ ਜਿਹੜੇ ਜਿੰਨੇ ਵੀ ਨੇ ਮੇਰੇ ਵੱਲੋਂ ਸਾਰੇ ਬਹੁਤ ਕਾਬਲ ਇਤਰਾਮ, ਬਿਲਕੁਲ ਸਾਰੇ ਕਾਬਲ ਇਤਰਾਮ ਨੇ, ਏ ਟੂ ਜ਼ੈਡ, ਤੇ ਮਿਆਰ ਉਹਨਾਂ ਨੇ ਆਪਣੇ ਆਪਣੇ ਆਪ ਬਣਾਉਣੇ ਨੇ, ਤੇ ਸਾਲਸੀ ਦੇ ਵਿੱਚ ਆ ਕੇ ਮਿਆਰ ਬਣਨਾ ਜੀ ਸਰ। ਜਾਨਵਰਾਂ ਦੀਆਂ ਲੜਾਈਆਂ ਨਹੀਂ ਆ, ਜਿਵੇਂ ਤੁਸੀਂ ਸਾਲਸੀ ਕਰਵਾਉਣੀ ਹੈ, ਕਰਨੀ ਜੀ 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 ਜੀ, ਉਹ ਤੁਸੀਂ ਸਾਰਾ ਸੈਟਅਪ ਕਰਨਾ ਸਰ, ਉਹ ਜਿਵੇਂ ਹੋਏਗਾ ਤਾਂ ਫਿਰ ਬਿਹਤਰ ਤੜੇ ਨਹੀਂ ਕੁੱਟਣੇ ਚਾਹੀਦੇ। ਅੱਗੋਂ ਤੁਸੀਂ ਆਪ ਬਿਹਤਰ ਸਮਝ, ਮੈਂ ਅਗਲੇ ਪ੍ਰੋਗਰਾਮ 'ਚ ਤੁਹਾਨੂੰ ਪੁੱਛੂਗਾ ਜੀ। ਹਾਂਜੀ, ਲਓ ਸਰ, ਪਾਕਿਸਤਾਨ ਜ਼ਿੰਦਾਬਾਦ।